ਹੈਲੋ ਅਦਾਬ ਐਂਡ ਸਤਿ ਸ਼੍ਰੀ ਅਕਾਲ ਜੀ। ਸੁਪੀਰੀਅਰ ਸਟੱਡੀ ਚੈਨਲ ਆਪ ਸਭ ਨੂੰ ਜੀ ਆਇਆਂ ਆਖਦਾ। ਆਪਣੇ ਇਸ ਚੈਨਲ 'ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ, ਜਿਸ ਦੇ ਵਿੱਚ ਅੱਜ ਸਾਡਾ ਟੋਪਿਕ ਹੈ ਕਿੱਸਾ ਕਾਵਿ ਦੇ ਅੰਡਰ ਹਾਫਿਜ਼ ਬਰਖੁਰਦਾਰ। ਇਸ ਤੋਂ ਪਹਿਲਾਂ ਕਿ ਆਪਾਂ ਆਪਣਾ ਲੈਕਚਰ ਸ਼ੁਰੂ ਕਰੀਏ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਤੋਂ ਪਹਿਲਾਂ ਦੇ ਸਾਰੇ ਹੀ ਥਿਊਰੀ ਲੈਕਚਰ, ਉਹਨਾਂ ਦੀਆਂ ਪਲੇਲਿਸਟ ਬਣ ਚੁੱਕੀਆਂ ਨੇ ਅਤੇ ਉਹਨਾਂ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ। ਅਤੇ ਬਾਕੀ ਜੋ ਮੌਕ ਟੈਸਟ ਆਪਾਂ ਅਪਲੋਡ ਕੀਤੇ ਨੇ ਆਪਣੇ ਇਸ ਚੈਨਲ 'ਤੇ, ਉਹਨਾਂ ਨੂੰ ਤੁਸੀਂ ਅਟੈਂਪਟ ਕਰ ਸਕਦੇ ਹੋ ਅਤੇ ਉਹਨਾਂ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ। ਸੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਹਾਂਜੀ, ਜੇਕਰ ਤੁਹਾਨੂੰ ਲੈਕਚਰ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰਿਓ। ਹਾਂਜੀ, ਹਾਫਿਜ਼ ਬਰਖੁਰਦਾਰ ਇੱਕ ਅਜਿਹੇ ਕਿੱਸਾਕਾਰ ਜਿਨ੍ਹਾਂ ਦੇ ਬਾਰੇ ਸਾਨੂੰ ਬਹੁਤ ਘੱਟ ਪੜ੍ਹਨ ਨੂੰ ਮਿਲਦਾ ਹੈ ਐੱਮ ਏ ਤੱਕ ਦੀਆਂ ਬੁੱਕਸ ਦੇ ਵਿੱਚੋਂ ਵੀ, ਅਤੇ ਜਿੰਨੇ ਵੀ ਪੁਆਇੰਟਸ ਮੈਨੂੰ ਮਿਲੇ ਨੇ ਇਹਨਾਂ ਨਾਲ ਸੰਬੰਧਿਤ, ਸੋ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਇਹ ਕਿਹੜੀ ਸਦੀ ਦੇ ਕਿੱਸਾਕਾਰ ਸੀ? ਹਾਂਜੀ, 17ਵੀਂ ਸਦੀ ਦੇ ਕਿੱਸਾਕਾਰ ਸੀ, ਅਤੇ ਦੌਰ ਆਪਾਂ ਦੇਖੀਏ ਤਾਂ ਪਹਿਲੇ ਦੌਰ ਦੇ ਕਿੱਸਾਕਾਰ ਹੋਏ ਨੇ। ਜਨਮ ਟੋਟਲੀ ਐਸਟੀਮੇਟ ਲਗਾਏ ਜਾਂਦੇ ਨੇ ਇਹਨਾਂ ਦੇ ਜਨਮ ਨਾਲ ਸੰਬੰਧਿਤ, ਕੋਈ ਵੀ ਜਿਹੜਾ ਸਾਨੂੰ ਪੁਖਤਾ ਸਬੂਤ ਆ ਉਹ ਨਹੀਂ ਮਿਲਦਾ, ਇਸ ਕਰਕੇ ਬੁੱਕਸ ਦੇ ਵਿੱਚ ਹਿਜ਼ਰੀ ਕਰਕੇ ਇਹਨਾਂ ਦਾ ਜਿਹੜਾ ਜਨਮ ਆ ਸਾਨੂੰ ਮਿਲਦਾ ਗਾ ਉਹ ਹੈ ਜੀ 1030 ਹਿਜ਼ਰੀ। ਠੀਕ ਹੈ, ਤਾਂ ਅਨੁਮਾਨਿਤ ਸਨ ਹੈ ਜੀ ਸਾਡੇ ਕੋਲ 1658, ਅਤੇ ਮੌਤ ਵਾਲਾ ਕੋਈ ਵੀ ਜਿਹੜਾ ਵੇਰਵਾ ਨਹੀਂ ਹੈ। ਠੀਕ ਹੈ, 1700 ਤੱਕ ਦਾ ਜਿਹੜਾ ਸਮਾਂ ਇਹਨਾਂ ਦਾ ਆਪਾਂ ਲਾ ਸਕਦੇ ਹਾਂ ਜਨਮ ਦੇ ਵਿੱਚ ਵੀ, ਅਤੇ ਉਸ ਤੋਂ ਬਾਅਦ 1800, ਯਾਨੀ ਕਿ 1800 ਦੇ ਅੱਧ ਤੱਕ ਮੰਨਿਆ ਜਾ ਸਕਦਾ। ਓਕੇ, ਸੋਰੀ, 1700 ਦੇ ਅੱਧ ਤੱਕ। ਠੀਕ ਹੈ ਜੀ, ਇਹਨਾਂ ਦਾ ਪਿੰਡ ਸੀਗਾ ਜਿਹੜਾ ਉਹ ਸੀ ਜੀ ਮੁਸਲਮਾਨੀ। ਮੁਸਲਮਾਨੀ ਪਿੰਡ ਦਾ ਜ਼ਿਕਰ ਸਾਨੂੰ ਕਿਹੜੀਆਂ ਤੁਕਾਂ ਦੇ ਵਿੱਚ ਮਿਲਦਾ ਉਹ ਵੀ ਆਪਾਂ ਦੇਖ ਲੈਂਦੇ ਹਾਂ। ਅਹਿਮਦ ਯਾਰ ਦੀਆਂ ਤੁਕਾਂ ਸਾਨੂੰ ਮਿਲਦੀਆਂ, ਇਹ ਇੰਪੋਰਟੈਂਟ ਨੇ, ਪੇਪਰ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ, ਸੋ ਧਿਆਨ ਨਾਲ ਸੁਣ ਲਿਓ। ਲੋਕਾਂ ਸਹਿਪੈ ਕਿੱਸੇ ਜੋੜੇ, ਪੜ੍ਹੇ ਜਿੰਨਾ ਰਸਾਲੇ, ਪਰ ਗੱਲ ਵੱਲ ਨਾ ਡਿੱਠਾ ਹਾਫਿਜ਼ ਮੁਸਲਮਾਨੀ ਵਾਲੇ। ਠੀਕ ਹੈ, ਯਾਨੀ ਕਿ ਮੁਸਲਮਾਨੀ ਇੱਥੇ ਹੈ, ਉਹਨਾਂ ਦੇ ਪਿੰਡ ਦਾ ਨਾਮ ਲਿਆ ਗਿਆ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ, ਅਤੇ ਇਹ ਸਰਗੋਧਾ ਜ਼ਿਲ੍ਹੇ ਦੇ ਵਿੱਚ ਹੈ। ਠੀਕ ਹੈ ਜੀ, ਇਹ ਚੀਜ਼ ਤੁਸੀਂ ਨੋਟ ਕਰਨੀ ਹੈ। ਇਹ ਪ੍ਰਸ਼ੰਸਾ ਦੇ ਵਿੱਚ ਕਹੇ ਨੇ ਅਹਿਮਦ ਯਾਰ ਨੇ, ਕਿਹਦੇ ਬਾਰੇ? ਹਾਫਿਜ਼ ਬਰਖੁਰਦਾਰ ਬਾਰੇ। ਅਗਲੀਆਂ ਤੁਕਾਂ ਤੋਂ ਸਾਨੂੰ ਸ਼ੋਅ ਹੋ ਜਾਂਦਾ ਹੈ ਕਿ ਉਸਦੀ ਪ੍ਰਸ਼ੰਸਾ ਹੋਈ ਹੈ। ਨੱਕ ਦੀ ਸੇਧੇ ਉਹ ਹਕੀਕਤ ਲਿਖੀ ਉਸ ਸੁਖਾਲੀ, ਹਰ ਕੋਈ ਔਰਤ ਉਹਨੂੰ ਜਾਣੇ ਚਰਖਾ ਕੱਤਣ ਵਾਲੀ, ਮਤਲਬ ਸਾਰੇ ਉਹਨੂੰ ਜਾਣਦੇ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਉਹਨਾਂ ਦੀ ਜਿਹੜੀ ਕੌਮ ਸੀ ਜੱਟ ਕੌਮ ਸੀਗੇ, ਉਹ ਰਾਂਝਾ ਜੱਟ, ਜਿਹੜੇ ਰਾਂਝਾ ਜੱਟ ਦੇ ਨਾਮ ਨਾਲ ਵੀ ਜਾਣੇ ਜਾਂਦੇ ਸੀ, ਅਤੇ ਇਹਦੇ ਸੰਬੰਧੀ ਵੀ ਇੱਕ ਤਰ੍ਹਾਂ ਦੀ ਕਨਫਿਊਜ਼ਨ ਪਾਈ ਜਾਂਦੀ ਹੈ ਕਿ ਇਹਨਾਂ ਦੀ ਗਿਣਤੀ ਦੋ ਆ, ਇੱਕ ਵਾਰਿਸ ਵੇਲੇ ਦੇ ਜਿਹੜੇ ਆ ਉਹ ਵੀ ਮੰਨੇ ਜਾਂਦੇ ਨੇ, ਅਤੇ ਤਾਂ ਕਰਕੇ ਕਨਫਿਊਜ਼ਨ ਮਿਲਦੀ ਹੈ। ਬਟ ਜ਼ਿਆਦਾਤਰ ਜਿਹੜੇ ਰਾਈਟਰਸ ਨੇ ਜਾਂ ਜ਼ਿਆਦਾਤਰ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਨਾਮ ਨਾਲ ਹੀ ਰਾਂਝਾ ਜਿਹੜਾ ਸ਼ਬਦ ਆ ਉਹ ਜੋੜਿਆ ਜਾਂਦਾ ਹੈ। ਠੀਕ ਹੈ ਜੀ, ਅੱਗੇ ਇਹਨਾਂ ਦੀ ਜਿਹੜੀ ਕਬਰ ਆ ਉਹਦੇ ਬਾਰੇ ਗੱਲ ਕਰੀਏ ਤਾਂ ਉਹ ਹੈ ਚਿੱਟੀ ਸੇਖਾਂ, ਇਹ ਇੱਕ ਸਥਾਨ ਦਾ ਨਾਮ ਹੈ। ਠੀਕ ਹੈ, ਇਸ ਸੰਬੰਧੀ ਵੀ ਸਾਡੇ ਕੋਲ ਤੁਕਾਂ ਨੇ, ਕਿਸ ਦੀਆਂ ਜੀ? ਮੁਹੰਮਦ ਬਖਸ਼ ਦੀਆਂ, ਇਹ ਯਾਦ ਰੱਖਿਓ। ਕਿਸ ਦੀਆਂ ਤੁਕਾਂ ਸਾਨੂੰ ਮਿਲਦੀਆਂ ਨੇ? ਮੁਹੰਮਦ ਬਖਸ਼ ਦੀਆਂ।
ਕਿਹੜੀਆਂ ਥੁਕਾਂ ਨੇ ਜੀ? ਸੈਫਲ ਮਲੂਕ ਦੇ ਵਿੱਚ ਉਹਨਾਂ ਨੇ ਲਿਖਿਆ ਹੈ, ਹਾਫਿਜ਼ ਵਰਖੁਰਦਾਰ ਮੁਸੰਨਿਫ ਗੋਰ ਜਿਨ੍ਹਾਂ ਦੀ ਚਿੱਟੀ, ਹਰ ਹਰ ਬੈਂਤ ਉਹਦਾ ਵੀ ਡਿੱਠਾ, ਜੋਂ ਮਿਸਰੀ ਦੀ ਖਿੱਟੀ। ਠੀਕ ਹੈ, ਤਾਂ ਇਹ ਦੋਨੇ ਚੀਜ਼ਾਂ ਤੁਸੀਂ ਯਾਦ ਰੱਖ ਲੈਣੀਆਂ। ਕਲੀਅਰ? ਤਾਂ ਇੱਥੋਂ ਸਾਨੂੰ ਕਲੀਅਰ ਹੋ ਗਿਆ, ਜਿਹੜਾ ਸਿਆਲਕੋਟ ਜ਼ਿਲ੍ਹਾ ਹੈ ਉਸਦਾ ਪਿੰਡ ਹੈ ਜੀ ਚਿੱਟੀ ਸੇਖਾਂ, ਇੱਥੇ ਉਹਨਾਂ ਦੀ ਕਬਰ ਹੈ। ਓਕੇ, ਇਸ ਤੋਂ ਬਾਅਦ ਸਮਕਾਲੀ, ਇਹ ਕੁਸ਼ਚਨ ਇੰਪੋਰਟੈਂਟ ਹੈ। ਔਰੰਗਜ਼ੇਬ ਦੇ ਸਮਕਾਲੀ ਮੰਨੇ ਜਾਂਦੇ ਨੇ ਹਾਫਿਜ਼ ਬਰਖੁਰਦਾਰ, ਪਹਿਲੇ ਦੌਰ ਦੇ ਕਿੱਸਾਕਾਰ, ਅਤੇ ਕੁੱਲ ਇਹਨਾਂ ਨੇ ਕਿੱਸੇ ਕਿੰਨੇ ਲਿਖੇ ਨੇ? 3 ਕਿੱਸੇ ਲਿਖੇ ਨੇ ਜੀ। ਉਹ ਵੀ ਦੇਖ ਲਓ ਕਿਹੜੇ ਕਿਹੜੇ ਆ। ਮਿਰਜ਼ਾ ਸਾਹਿਬਾਂ, ਇਹ ਇਹਨਾਂ ਦਾ ਪਹਿਲਾ ਕਿੱਸਾ ਸੀ। ਸੱਸੀ ਪੁੰਨੂ ਦੂਸਰਾ, ਅਤੇ ਯੂਸਫ ਜੁਲੇਖਾਂ ਤੀਸਰਾ। ਠੀਕ ਹੈ, ਇਸ ਤੋਂ ਬਿਨਾਂ ਇਹਨਾਂ ਦਾ 1 ਬਾਰਾਂਵਾਂ ਅਤੇ 3 ਸਿਹਰਫੀਆਂ ਵੀ ਸਾਨੂੰ ਮਿਲਦੀਆਂ ਨੇ। ਠੀਕ ਹੈ, ਅੱਗੇ ਚੱਲਦੇ ਹਾਂ। ਇਹਨਾਂ ਨੂੰ ਜੇਕਰ ਆਪਾਂ ਇਹਨਾਂ ਦਾ ਨਾਮ ਦੇਖੀਏ ਤਾਂ ਨਾਮ ਹੈ ਜੀ ਹਾਫਿਜ਼ ਬਰਖੁਰਦਾਰ, ਦੋ ਨਾਵਾਂ ਦਾ ਸੁਮੇਲ ਹੈ। ਬਟ ਅਸਲ ਦੇ ਵਿੱਚ ਇਹਨਾਂ ਦਾ ਜਿਹੜਾ ਮੂਲ ਨਾਮ ਸੀ ਉਹ ਸੀ ਬਰਖੁਰਦਾਰ। ਠੀਕ ਹੈ, ਜਿਹੜੀ ਉਪਾਧੀ ਮਿਲੀ ਸੀ ਇਹਨਾਂ ਨੂੰ ਹਾਫਿਜ਼ ਦੀ, ਕਿਉਂ ਮਿਲਦੀ ਹੁੰਦੀ ਆ ਹਾਫਿਜ਼ ਦੀ ਉਪਾਧੀ? ਤੁਸੀਂ ਭਲੀ ਭਾਂਤ ਜਾਣੋ, ਕਿਉਂਕਿ ਆਪਾਂ ਸ਼ਾਹ ਹੁਸੈਨ ਵਾਲੇ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ, ਤਾਂ ਇੱਥੇ ਨਹੀਂ ਆਪਾਂ ਇੰਨਾ ਜ਼ਿਆਦਾ ਵਿਸਾਰ ਦੇ ਵਿੱਚ ਜਾਣਾ। ਜਿਨ੍ਹਾਂ ਨੇ ਨਹੀਂ ਦੇਖਿਆ ਹੋਣਾ ਉਹ ਜ਼ਰੂਰ ਦੇਖ ਲੈਣ, ਸ਼ਾਹ ਹੁਸੈਨ ਦਾ ਲੈਕਚਰ। ਠੀਕ ਹੈ, ਇਸ ਤੋਂ ਪਹਿਲਾਂ ਆਪਾਂ ਉਹ ਕਰ ਚੁੱਕੇ ਹਾਂ ਸੂਫੀ ਕਾਵਿ ਦੇ ਅੰਡਰ, ਤਾਂ ਇਹ ਉਪਾਧੀ ਉਹਨਾਂ ਨੂੰ ਮਿਲੀ ਸੀ। ਇਸ ਤੋਂ ਬਾਅਦ ਹੈ ਜੀ ਮਿਰਜ਼ਾ ਸਾਹਿਬਾਂ ਦੀ ਗੱਲ ਕਰੀਏ ਆਪਾਂ, ਦੇਖੋ ਜ਼ਿਆਦਾਤਰ ਫੋਕਸ ਜਿਹੜਾ ਆਪਾਂ ਰੱਖਾਂਗੇ ਉਹ ਯੂਸਫ ਜੁਲੇਖਾਂ 'ਤੇ ਰੱਖਾਂਗੇ, ਕਿਉਂਕਿ ਇਸੇ ਰਚਨਾ ਨੇ ਹੀ ਉਸਨੂੰ ਪ੍ਰਸਿੱਧਤਾ ਦਵਾਈ ਸੀ। ਠੀਕ ਹੈ, ਤਾਂ ਮਿਰਜ਼ਾ ਸਾਹਿਬਾਂ ਦੇ ਵਿੱਚ ਸਾਡੇ ਲਈ ਜਾਣਨ ਵਾਲੀ ਗੱਲ ਹੈ, ਮੌਲਿਕਤਾ ਅਤੇ ਕਲਾਤਮਿਕਤਾ ਰਾਹੀਂ ਵਿਸ਼ੇਸ਼ ਪਛਾਣ ਬਣਾਈ। ਭਾਵੇਂ ਕਿ ਔਲਰੇਡੀ ਪੀਲੂ ਲਿਖ ਚੁੱਕਿਆ ਸੀ ਇਸ ਕਿੱਸੇ ਨੂੰ, ਅਤੇ ਇਹਨੇ ਵੀ ਕਾਫੀ ਹੱਦ ਤੱਕ ਉਹਦੀ ਨਕਲ ਕੀਤੀ ਆ, ਅਜਿਹਾ ਵਿਦਵਾਨਾਂ ਦੁਆਰਾ ਮੰਨਿਆ ਜਾਂਦਾ। ਪਰ ਫਿਰ ਵੀ ਇਹ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਇਹਦੀ ਰਚਨਾ ਦੇ ਵਿੱਚ ਸਾਨੂੰ ਅਲੱਗ ਤਰ੍ਹਾਂ ਦੀਆਂ ਵਰਾਇਟੀਜ਼ ਮਿਲੀਆਂ ਨੇ ਪੀਲੂ ਦੇ ਕਿੱਸੇ ਦੇ ਨਾਲੋਂ। ਠੀਕ ਹੈ, ਮੌਲਿਕਤਾ ਸ਼ੋ ਕਰਦੀਆਂ ਨੇ, ਇਸ ਤੋਂ ਸਾਨੂੰ ਪਤਾ ਨਹੀਂ ਲੱਗਦਾ ਕਿ ਇਸਨੇ ਜਿਉਂ ਦੇ ਤਿਉਂ ਬੰਦ ਵੀ ਵਰਤੇ ਨੇ। ਕਲੀਅਰ? ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਸਾਹਿਬਾਂ ਦੀ ਸੁੰਦਰਤਾ ਤੋਂ ਇਹ ਸ਼ੁਰੂਆਤ ਕਰਦਾ। ਇਹ ਚੀਜ਼ ਤੁਸੀਂ ਯਾਦ ਰੱਖਣੀ ਆ ਕਿ ਇੱਥੇ ਇਹਨੇ ਮੰਗਲਾਚਰਨ ਦੀ ਜਿਹੜੀ ਪਰੰਪਰਾ ਹੈ ਉਸਨੂੰ ਭੰਗ ਕੀਤਾ ਸੀ ਮਿਰਜ਼ਾ ਸਾਹਿਬਾਂ ਦੇ ਕਿੱਸੇ ਤੋਂ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਕਿ ਇਸਨੇ ਸਿੱਧਾ ਹੀ ਸਟਾਰਟ ਕਰ ਲਿਆ ਸੀ ਕਿੱਸਾ, ਕਿੱਥੋਂ ਸਟਾਰਟ ਕਰਿਆ? ਸਾਹਿਬਾਂ ਦੀ ਸੁੰਦਰਤਾ ਤੋਂ। ਠੀਕ ਹੈ, ਸਾਹਿਬਾਂ ਰੰਗ ਮਜੀਠ ਦਾ, ਇਹ ਤੁਕ ਤੋਂ ਉਹਨੇ ਸਟਾਰਟ ਕਰਿਆ। ਓਕੇ, ਹਾਂਜੀ, ਬੁਨਿਆਦੀ ਪਰਿਵਰਤਨ ਕਰਕੇ ਕਹਾਣੀ ਦੇ ਖੱਪਿਆਂ ਨੂੰ ਪੂਰਿਆ ਅਤੇ ਕਹਾਣੀ ਪੂਰੀ ਕੀਤੀ, ਇਸ ਲਈ ਇਸ ਨੂੰ ਤੁਕ ਚੋਰ ਦਾ ਨਾਮ ਵੀ ਦਿੱਤਾ ਗਿਆ। ਭਾਵੇਂ ਕਿ ਇੱਕ ਤਰ੍ਹਾਂ ਦੀ ਹੇਠੀ ਹੈ ਅਜਿਹੀ ਗੱਲ ਕਹਿਣ ਦੇ ਵਿੱਚ, ਬਟ ਚਲੋ ਜਿਹੜਾ ਕੁਛ ਜਿਹੜਾ ਕੁਝ ਸਾਨੂੰ ਇਤਿਹਾਸਕਾਰਾਂ ਦੁਆਰਾ, ਜਿਹੜੇ ਕਿ ਸਾਹਿਤ ਦੇ ਇਤਿਹਾਸਕਾਰ ਹੋਏ ਨੇ, ਉਹਨਾਂ ਦੁਆਰਾ ਲਿਖਿਆ ਮਿਲਦਾ ਤਾਂ ਸਾਨੂੰ ਤਾਂ ਉਹਨੂੰ ਫੋਲੋ ਕਰਨਾ ਹੀ ਪੈਣਾ। ਤਾਂ ਇਹ ਅਜਿਹਾ ਨਾਮ ਵੀ ਸਾਨੂੰ ਮਿਲਦਾ ਗਾ, ਕਿਉਂਕਿ ਇਹਨਾਂ ਨੇ ਕਹਾਣੀ ਸੇਮ ਹੀ ਰੱਖੀ ਆਲਮੋਸਟ, ਪਰ ਉਹਦੇ ਵਿੱਚ ਜਿਹੜੀਆਂ ਬਿੱਥਾਂ ਮਿਲਦੀਆਂ ਨੇ ਸਾਨੂੰ ਪੀਲੂ ਦੇ ਕਿੱਸੇ ਦੇ ਵਿੱਚ, ਉਹਨਾਂ ਸਾਰੀਆਂ ਨੂੰ ਪੂਰਾ ਕਰਤਾ, ਜਿਸ ਕਰਕੇ ਇਹਦਾ ਨਵਾਂ ਨਰੋਆ ਰੂਪ ਆ ਸਾਡੇ ਸਾਹਮਣੇ ਆ ਗਿਆ। ਠੀਕ ਹੈ ਜੀ, ਅੱਗੇ ਹੈ ਜੀ ਯੂਸਫ ਜੁਲੇਖਾਂ, ਇਹਦੀ ਗੱਲ ਕਰੀਏ ਤਾਂ ਇਹਦੇ ਵੈਸੇ ਤਾਂ ਸਾਰੇ ਪੁਆਇੰਟ ਸਾਨੂੰ ਕਲੀਅਰ ਨੇ, ਬਟ ਇੱਕ ਡਾਊਟ ਹੈ ਇਸਦੇ ਛੰਦ ਸੰਬੰਧੀ। ਠੀਕ ਹੈ, ਇਸੇ ਕਰਕੇ ਮੈਂ ਉਹਨੂੰ ਪਹਿਲਾਂ ਹੀ ਲਿਖ ਲਿਆ। ਦੇਖੋ ਐਮ ਏ ਦੀਆਂ ਬੁੱਕਸ ਦੇ ਵਿੱਚ ਸਾਨੂੰ ਇਹ ਦਵਈਆ ਛੰਦ ਆ ਜਿਹੜਾ ਲਿਖਿਆ ਮਿਲਦਾ, ਪਰ
ਕਈ ਬੁੱਕਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਇਸ ਦਾ ਛੰਦ ਹੈ ਉਹ ਬੈਂਤ ਆ, ਠੀਕ ਹੈ। ਮਤਲਬ ਕਿਹਾ ਜਾਂਦਾ ਕਿ ਤਿੰਨੇ ਕਿੱਸੇ ਲਿਖੇ, ਤਿੰਨਾਂ ਦੇ ਵਿੱਚ ਹੀ ਉਸਨੇ ਬੈਂਤ ਛੰਦ ਆ ਜਿਹੜਾ ਉਹ ਵਰਤਿਆ ਅਤੇ ਕਾਵਿ ਰੂਪ ਰੱਖਿਆ ਸੱਦ ਕਾਵਿ ਰੂਪ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਨੋਟ ਕਰਨਾ ਕਿਸ ਤਰ੍ਹਾਂ ਦੇ ਸਾਨੂੰ ਆਪਸ਼ਨਸ ਆਉਂਦੀਆਂ ਨੇ। ਤਾਂ ਇਸੇ ਕਰਕੇ ਮੈਂ ਦਵਈਆ ਲਿਖਿਆ ਐੱਮ ਏ ਦੀ ਬੁੱਕ ਦੇ ਅਕੋਰਡਿੰਗ। ਅਤੇ ਦੂਸਰਾ ਹੈ ਜੀ ਬੈਂਤ ਛੰਦ ਆ ਜਿਹੜਾ ਸਾਨੂੰ ਮਿਲਦਾ, ਕਈ ਜਗ੍ਹਾ 'ਤੇ ਅਜਿਹੀ ਆਪਸ਼ਨ ਵੀ ਮਿਲਦੀ ਹੈ ਜਿਹੜੇ ਐੱਮ ਸੀ ਕਿਊਜ਼ ਵਾਲੀਆਂ ਸੋਰਸਿਸ ਸਾਨੂੰ ਮਿਲਦੇ ਨੇ ਪੜ੍ਹਨ ਨੂੰ ਉਹਨਾਂ ਦੇ ਵਿੱਚ, ਠੀਕ ਹੈ ਜੀ। ਮਿਰਜ਼ਾ ਸਾਹਿਬਾ ਬੈਂਤ, ਸੱਸੀ ਪੁੰਨੂ ਬੈਂਤ, ਠੀਕ ਹੈ। ਤਾਂ ਕਿਸੇ ਹੱਦ ਤੱਕ ਇਹਨੂੰ ਵੀ ਬੈਂਤ ਮੰਨਦੇ ਨੇ ਵਿਦਵਾਨ। ਇਸ ਤੋਂ ਬਾਅਦ ਪੰਜਾਬੀ 'ਚ ਪਹਿਲੀ ਵਾਰ ਇਹ ਕਿੱਸਾ ਹਾਫਿਜ਼ ਬਰਖੁਰਦਾਰ ਨੇ ਲਿਖਿਆ। ਇਹ ਕੁਸ਼ਚਨ ਸਭ ਤੋਂ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਯੂਸਫ ਜੁਲੇ ਖਾਨ ਦੇ ਕਿੱਸੇ ਨੂੰ ਜੇ ਕੋਈ ਲੈ ਕੇ ਆਇਆ ਤਾਂ ਉਹ ਹਾਫਿਜ਼ ਬਰਖੁਰਦਾਰ ਸੀ। ਯੂਸਫ ਦੀ ਸੁੰਦਰਤਾ ਵਧੇਰੇ ਪੇਸ਼ ਹੋਈ ਹੈ, ਠੀਕ ਹੈ। ਇੱਕ ਤਰੀਕੇ ਨਾਲ ਵੈਸੇ ਤਾਂ ਸਾਰੇ ਹੀ ਜਿਹੜੇ ਕਿੱਸਾਕਾਰ ਹੋਏ ਨੇ ਉਹਨਾਂ ਨੇ ਨਾਇਕ ਅਤੇ ਜਿਹੜਾ ਨਾਇਕਾ ਗੀ ਦੋਨਾਂ ਦੇ ਹੁਸਨ ਦੀ ਤਾਰੀਫ ਕੀਤੀ ਆ, ਪਰ ਇਸਨੇ ਕੁਛ ਕੁ ਜ਼ਿਆਦਾ ਹੀ ਕੀਤੀ ਹੈ ਯੂਸਫ ਦੀ। ਜੁਲੇ ਖਾਨ ਦੀ ਵੀ ਕੀਤੀ ਹੈ ਪਰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਕੀਤੀ ਹੈ, ਠੀਕ ਹੈ। ਇਸ ਤੋਂ ਬਾਅਦ ਹੈ ਜੀ ਕਿੱਸਾ 1687 ਦੇ ਵਿੱਚ ਲਿਖਿਆ ਗਿਆ, ਅਜਿਹਾ ਅਨੁਮਾਨਿਤ ਹੈ 1090 ਹਿਜ਼ਰੀ, ਕਲੀਅਰ। ਨੈਕਸਟ ਸ਼ਾਹਕਾਰ ਰਚਨਾ ਹੋਣ ਕਰਕੇ ਸਭ ਤੋਂ ਵੱਧ ਪ੍ਰਸਿੱਧੀ ਦਵਾਈ, ਇਹ ਰਚਨਾ ਸ਼ਾਹਕਾਰ ਮੰਨੀ ਜਾਂਦੀ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ ਕੁਸ਼ਚਨ, ਹਾਫਿਜ਼ ਬਰਖੁਰ ਦੀ ਕਿਹੜੀ ਰਚਨਾ ਸ਼ਾਹਕਾਰ ਹੈ ਜੀ? ਤਾਂ ਉਹ ਹੈ, ਹਾਂਜੀ, ਯੈਸ, ਯੂਸਫ ਜੁਲੇ ਖਾਂ। ਨੈਕਸਟ ਨਵਾਬ ਜਾਫਰ ਖਾਨ ਤੋਂ ਇਨਾਮ ਪ੍ਰਾਪਤ ਕੀਤਾ, ਇਹ ਤਾਂ ਇਹ ਵਾਲੀ ਚੀਜ਼ ਸਾਡੇ ਲਈ ਜ਼ਰੂਰੀ ਹੈ ਯਾਦ ਰੱਖਣੀ। ਤਾਂ ਨਾਲ ਇੱਕ ਇਹ ਚੀਜ਼ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਜਿਹੜੀ ਇਹਨਾਂ ਨੂੰ ਹਾਫਿਜ਼ ਦੀ ਉਪਾਧੀ ਮਿਲੀ ਸੀ ਉਹ ਨਵਾਬ ਜਿਹੜਾ ਜਾਫਰ ਖਾਨ ਸੀਗਾ ਉਹਦੇ ਕਹਿਣ 'ਤੇ ਮਿਲੀ ਸੀ, ਠੀਕ ਹੈ। ਪਰ ਜ਼ਿਆਦਾਤਰ ਸੋਰਸਿਸ ਇਹੀ ਦੱਸਦੇ ਨੇ ਕਿ ਕੁਰਾਨ ਜਿਹੜਾ ਉਹਨਾਂ ਨੂੰ ਕੁਰਾਨ ਸ਼ਰੀਫ ਸੀ ਉਹ ਕੰਠ ਸੀਗਾ ਤਾਂ ਕਰਕੇ ਮਿਲੀ ਸੀ। ਸੋ ਦੋਨੇ ਪੁਆਇੰਟ ਮਾਇੰਡ ਦੇ ਵਿੱਚ ਰੱਖਣੇ ਆ, ਠੀਕ ਹੈ ਜੀ। ਇਸ ਤੋਂ ਅੱਗੇ ਅਸੀਂ ਚੱਲਦੇ ਹਾਂ, ਕਿੱਸੇ ਦਾ ਅੰਤ ਹੈ ਜਿਹੜਾ ਉਹ ਸੁਖਾਂਤਕ ਹੈ, ਯਾਨੀ ਕਿ ਸੁਖਾਂਤਕ ਜਿਹੜਾ ਅੰਤ ਹੈ ਉਹ ਕਿਸ ਤਰ੍ਹਾਂ ਹੁੰਦਾ? ਉਹ ਇਸ ਤਰ੍ਹਾਂ ਹੁੰਦਾ ਜੀ, ਬੁਢਾਪੇ ਦੇ ਵਿੱਚ ਜਿਹੜੀ ਜੁਲੇ ਖਾਂ ਉਸਦਾ ਮਿਲਾਪ ਹੋ ਜਾਂਦਾ ਕਿਸ ਦੇ ਨਾਲ? ਯੂਸਫ ਦੇ ਨਾਲ, ਠੀਕ ਹੈ ਜੀ। ਤਾਂ ਇਸ ਚੀਜ਼ ਤੁਸੀਂ ਦਿਮਾਗ ਦੇ ਵਿੱਚ ਰੱਖਣੀ ਆ। ਚਲੋ ਵੈਸੇ ਜ਼ਿਆਦਾ ਟਾਈਮ ਨਹੀਂ ਲੈਂਦੇ, ਆਪਾਂ ਸੰਖੇਪ ਦੇ ਵਿੱਚ ਕਰ ਵੀ ਲੈਂਦੇ ਹਾਂ ਕਿ ਇਹ ਕਹਾਣੀ ਹੈ ਯਾਕੂਬ ਜਿਹੜਾ ਰਾਜਾ ਹੈ ਉਸਦਾ ਸਭ ਤੋਂ ਛੋਟਾ ਪੁੱਤਰ ਯੂਸਫ, ਠੀਕ ਹੈ। ਉਹ ਬਹੁਤ ਜ਼ਿਆਦਾ ਸੋਹਣਾ ਹੁੰਦਾ ਅਤੇ ਉਹਨੂੰ ਜਿਹੜੇ ਉਹਦੇ ਭਰਾ ਨੇ ਉਹ ਮਰਵਾ, ਮਤਲਬ ਉਹਨੂੰ ਕਹਿ ਦਿੰਦੇ ਨੇ ਕਿ ਆਪਾਂ ਇਹਦਾ ਖਾਤਮਾ ਕਰ ਦਈਏ, ਤਾਂ ਉਹਨੂੰ ਖੂਹ ਦੇ ਵਿੱਚ ਸੁੱਟ ਦਿੰਦੇ ਨੇ ਅਤੇ ਬਾਅਦ 'ਚ ਝੂਠ ਬੋਲ ਦਿੰਦੇ ਨੇ ਕਿ ਕਿਸੇ ਜੰਗਲੀ ਜਾਨਵਰ ਨੇ ਉਸਨੂੰ ਖਾ ਲਿਆ ਹੈ। ਅਤੇ ਇਸ ਕਰਕੇ ਜਿਹੜਾ ਉਹਦਾ ਪਿਤਾ ਹੁੰਦਾ ਉਹ ਵਿਯੋਗ ਦੇ ਵਿੱਚ ਅੰਨਾ ਹੋ ਜਾਂਦਾ। ਅਤੇ ਪਰ ਬਾਅਦ ਦੇ ਵਿੱਚ ਕੋਈ ਕਾਫਲਾ ਜਾਂਦਾ ਤਾਂ ਉਹ ਉਹਨੂੰ ਉੱਥੋਂ ਕੱਢ ਲੈਂਦੇ ਨੇ ਅਤੇ ਸੋਹਣਾ ਸੁਨੱਖਾ ਹੁੰਦਾ ਅਤੇ ਮਿਸਰ ਦੇ ਵਿੱਚ ਜਾ ਕੇ ਉਹਨੂੰ ਵੇਚ ਦਿੰਦੇ ਆ, ਠੀਕ ਹੈ। ਉੱਥੇ ਉਹ ਦਾਸ ਬਣ ਜਾਂਦਾ, ਤਾਂ ਜਿਹੜੀ ਉੱਥੋਂ ਦੀ ਰਾਣੀ ਹੈ ਜੁਲੇ ਖਾਂ ਉਹ ਉਸ 'ਤੇ ਮੋਹਿਤ ਹੋ ਜਾਂਦੀ ਹੈ, ਉਹਨੂੰ ਉਹ ਪਸੰਦ ਆ ਜਾਂਦਾ। ਅਤੇ ਪਰ ਉਹ ਉਹਦੀਆਂ ਗੱਲਾਂ ਦੇ ਵਿੱਚ ਨਹੀਂ ਆਉਂਦਾ, ਜਿਸ ਕਰਕੇ ਉਸਨੂੰ ਜੇਲ੍ਹ ਦੇ ਵਿੱਚ ਬੰਦ ਕਰਵਾ ਦਿੱਤਾ ਜਾਂਦਾ। ਬਾਅਦ 'ਚ ਉਹ ਆਪਣੀ ਯੋਗਤਾ ਦੇ ਸਦਕਾ ਵਜ਼ੀਰ ਵੀ ਬਣ ਜਾਂਦਾ ਅਤੇ ਫਿਰ ਉਹਦੇ ਨਾਲ ਵਿਆਹ ਵੀ ਕਰਵਾ ਲੈਂਦਾ ਅਤੇ ਉਹਨਾਂ ਦਾ ਵਿਛੋੜਾ ਵੀ ਪੈ ਜਾਂਦਾ। ਅਤੇ ਜਦੋਂ ਮਿਲਦੇ ਨੇ ਤਾਂ ਬੁਢਾਪੇ ਦੀ ਅਵਸਥਾ ਦੇ ਵਿੱਚ ਹੁੰਦੀ ਹੈ ਜੁਲੇ ਖਾਂ, ਬਟ ਜਿਹੜਾ ਯੂਸਫ ਹੈ ਉਹ ਕਿਸੇ ਰੱਬੀ ਸ਼ਕਤੀ ਦਾ ਕਰਕੇ ਜਾਂ ਕਿਸੇ ਵਰ ਦਾ ਕਰਕੇ ਉਸੇ ਜਵਾਨ ਅਵਸਥਾ ਦੇ ਵਿੱਚ ਹੁੰਦਾ। ਤਾਂ ਇਸ ਤਰ੍ਹਾਂ ਦਾ ਜ਼ਿਕਰ ਮਿਲਦਾ ਕਿ ਜਦੋਂ ਉਹ ਉਹਨੂੰ ਦੇਖਦੀ ਹੈ
ਮਤਲਬ ਉਹਨਾਂ ਦੇ ਗੇਟ ਵਿੱਚੋਂ ਦੀ ਲੰਘਦੇ ਹੋਏ, ਤਾਂ ਵਾਪਸ ਕੋਈ ਅਜਿਹੀ ਘਟਨਾ ਵਾਪਰਦੀ ਹੈ ਕਿ ਉਹ ਵੀ ਜਵਾਨ ਹੋ ਜਾਂਦੀ ਹੈ ਅਤੇ ਦੋਨਾਂ ਦਾ ਮਿਲਾਪ ਹੋ ਜਾਂਦਾ ਹੈ। ਠੀਕ ਹੈ, ਲਾਸਟ 'ਤੇ ਆ ਕੇ ਥੋੜ੍ਹਾ ਜਿਹਾ ਕਰਾਮਾਤੀ ਜਿਹੜੀਆਂ ਗੱਲਾਂ ਇਹਦੇ ਵਿੱਚ ਉਹ ਸ਼ਾਮਿਲ ਹੋ ਜਾਂਦੀਆਂ ਨੇ। ਠੀਕ ਹੈ, ਸੋ ਮੈਂ ਇਸ ਲਈ ਦੱਸਤਾ, ਜਿਨ੍ਹਾਂ ਨੇ ਇਹ ਕਿੱਸਾ ਨਹੀਂ ਪੜ੍ਹਿਆ ਦੈਟਸ ਵਾਈ ਆਪਾਂ ਥੋੜ੍ਹੀ ਜਿਹੀ ਕਹਾਣੀ ਇਹਦੀ ਉਹ ਕਰ ਲਈ। ਓਕੇ, ਚਲੋ ਅੱਗੇ ਚੱਲਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਆ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ। ਕੁਰਾਨ ਸ਼ਰੀਫ ਹੈ ਜਿਹੜਾ, ਉਹਦੇ ਵਿੱਚ ਯੂਸਫ ਜੁਲੇਖਾਨ ਦਾ ਜ਼ਿਕਰ ਹੈ, ਸਾਨੂੰ ਉਹ ਮਿਲਦਾ ਹੈ। ਇਹ ਜ਼ਿਕਰ ਕਿਹੜੇ ਸ਼ਬਦਾਂ ਅਧੀਨ ਮਿਲਦਾ ਹੈ? ਉਹ ਮਿਲਦਾ ਜੀ ਸੂਰਤ ਯੂਸਫ। ਠੀਕ ਹੈ, ਇਹ ਕੁਐਸਚਨ ਇੰਪੋਰਟੈਂਟ ਹੈ। ਅਤੇ ਇਸਦਾ ਦੂਸਰਾ ਨਾਮ ਅਹਿਨਲ ਕਸਿਸ। ਠੀਕ ਹੈ, ਇਹ ਦੋਨੇ ਵੈਰੀ ਵੈਰੀ ਇੰਪੋਰਟੈਂਟ ਹੈ, ਸੋ ਇਹਨੂੰ ਨੋਟ ਕਰ ਲਿਓ। ਠੀਕ ਹੈ ਜੀ, ਅਗਲਾ ਜਿਹੜਾ ਸਾਡਾ ਕਿੱਸਾ ਹੈ ਉਹ ਹੈ ਸੱਸੀ ਪੁੰਨੂ ਦਾ। ਸੱਸੀ ਪੁੰਨੂ ਵਾਲੇ ਕਿੱਸੇ ਦੇ ਵਿੱਚ ਕੋਈ ਖਾਸ ਨਹੀਂ ਹੈ ਗੱਲ, ਬਸ ਇੱਕ ਚੀਜ਼ ਹੀ ਖਾਸ ਹੈ, ਉਹ ਇਹ ਹੈ ਕਿ ਸਭ ਤੋਂ ਪਹਿਲਾਂ ਵਿਸਥਾਰ ਦੇ ਵਿੱਚ ਲਿਖਿਆ, ਭਾਵੇਂ ਕਿ ਇਸ ਤੋਂ ਪਹਿਲਾਂ ਵੈਸੇ ਤਾਂ ਕੋਈ ਨਹੀਂ ਉਹ ਮੰਨਦਾ ਵੀ ਕਿ ਲਿਖਿਆ ਸੀ ਜਾਂ ਨਹੀਂ ਲਿਖਿਆ ਸੀ, ਇਹਨੂੰ ਹੀ ਮੰਨਦੇ ਨੇ ਕਿ ਸਭ ਤੋਂ ਪਹਿਲਾਂ ਹਾਫਿਸ ਨੇ ਹੀ ਲਿਖਿਆ। ਪਰ ਇੱਕੋ ਇੱਕ ਇਨਸਾਨ ਆ, ਆਪਾਂ ਆਲਰੇਡੀ ਆਪਾਂ ਉਹਦੀ ਗੱਲ ਕਰਦੇ ਹੁੰਦੇ, ਜਿਸਦਾ ਬਹੁਤ ਜ਼ਿਆਦਾ ਯੋਗਦਾਨ ਹੈ ਸਾਹਿਤ ਇਤਿਹਾਸਕਾਰੀ ਦੇ ਵਿੱਚ, ਦੈਟ ਇਜ਼ ਡਾਕਟਰ ਮੋਹਨ ਸਿੰਘ ਦੀਵਾਨਾ। ਉਹ ਕਹਿੰਦੇ ਨੇ ਕਿ ਪੁਸ਼ ਨਾਂ ਦਾ ਜਿਹੜਾ ਇੱਕ ਕਵੀ ਹੋਇਆ, ਪੁਸ਼। ਠੀਕ ਹੈ, ਇਹ ਕੁਐਸਚਨ ਵੀ ਇਹ ਨੈੱਟ ਦੇ ਪੇਪਰ ਦੇ ਵਿੱਚ ਆਇਆ ਹੋਇਆ ਹੈ 2 ਵਾਰ ਕੁਐਸਚਨ, ਅਤੇ ਇਹਨੂੰ ਵੈਸੇ ਤੁਸੀਂ ਯਾਦ ਰੱਖ ਲਿਓ। ਪੁਸ਼ ਨਾਂ ਦਾ ਕਵੀ ਹੈ ਜਿਸ ਦੀ ਰਚਨਾ ਸਾਨੂੰ ਮਿਲਦੀ ਹੈ ਸੱਸੀ ਪੁੰਨੂ ਦਾ ਕਿੱਸਾ। ਠੀਕ ਹੈ, ਬਟ ਹੋਰ ਕੋਈ ਵੀ ਵਿਦਵਾਨ ਇਸ ਚੀਜ਼ ਨਾਲ ਸਹਿਮਤ ਨਹੀਂ ਆ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਇਸਨੇ ਵਿਸਥਾਰ ਦੇ ਵਿੱਚ ਇਹ ਕਿੱਸਾ ਜਿਹੜਾ ਲਿਖਿਆ, ਇਹੀ ਕੁਐਸਚਨ ਇੰਪੋਰਟੈਂਟ ਬਣਦਾ ਸੱਸੀ ਪੁੰਨੂ ਵਾਲੇ ਕਿੱਸੇ ਦੇ ਵਿੱਚੋਂ। ਠੀਕ ਹੈ, ਦੂਸਰੀ ਗੱਲ ਤੁਸੀਂ ਨੋਟ ਕਰਨੀ ਆ ਕਿ ਇਹ ਕਿੱਸਾ ਇਸਨੇ ਯਥਾਰਥਵਾਦੀ ਸ਼ੈਲੀ ਦੇ ਵਿੱਚ ਲਿਖਿਆ, ਆਹ ਵਾਲਾ ਵੀ ਇੰਪੋਰਟੈਂਟ ਹੈ। ਇਹਦੇ ਬੰਦ ਸਾਨੂੰ ਮਿਲਦੇ ਨੇ 51, ਅਤੇ ਕਿਹੜੇ ਪ੍ਰਾਂਤ ਦੀ ਕਥਾ ਇਹ? ਸਿੰਧ ਪ੍ਰਾਂਤ ਦੀ। ਠੀਕ ਹੈ, 1758 ਦੇ ਵਿੱਚ ਇਹ ਸਾਨੂੰ ਡੇਟ ਮਿਲਦੀ ਹੈ, 1758 ਦੇ ਵਿੱਚ ਲਿਖਿਆ ਗਿਆ। ਯੂਸਫ ਨੂੰ ਖੂਹ ਦੇ ਵਿੱਚ ਸੁੱਟਵਾਉਣਾ, ਇਹ ਆਪਾਂ ਆਲਰੇਡੀ ਡਿਸਕਸ ਕਰ ਲਿਆ ਉਸਦੇ ਭਰਾਵਾਂ ਨੇ। ਠੀਕ ਹੈ, ਤਾਂ ਇੱਕ ਅਗਲਾ ਜਿਹੜਾ ਕੁਐਸਚਨ ਹੈ ਉਹ ਛੋਟੀਆਂ ਕਲਾਸਾਂ ਦੇ ਵਿੱਚ, ਜਿਹੜਾ ਮਤਲਬ ਛੋਟੀ ਤਕਾਣੂ ਕਹਿਣਾ ਆਪਾਂ, ਯਾਨੀ ਕਿ ਪਲੱਸ ਟੂ ਕਲਾਸ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਇਹ ਵਾਲਾ ਕੁਐਸਚਨ ਆਉਂਦਾ ਕਿ ਕਿੰਨੇ ਟਾਈਮ ਲਈ ਉਹ ਖੂਹ ਦੇ ਵਿੱਚ ਰਿਹਾ? 3 ਦਿਨ ਅਤੇ 3 ਰਾਤਾਂ ਕਾਫਲੇ ਵਾਲਿਆਂ ਨੇ ਕੱਢਿਆ। ਅਤੇ ਆਹ ਵਾਲਾ ਕੁਐਸਚਨ ਮੈਂ ਦੁਬਾਰਾ ਤਾਂ ਲਿਖ ਲਿਆ ਸੀ ਕਿਉਂਕਿ ਆਹ ਵਾਲੀ ਚੀਜ਼ ਮੈਂ ਐਡ ਕਰਨਾ ਭੁੱਲ ਗਈ ਸੀ। ਇਹ ਕੁਐਸਚਨ ਵੀ ਆ ਚੁੱਕਿਆ ਆਲਰੇਡੀ ਪੇਪਰ ਦੇ ਵਿੱਚ ਕਿ ਕਿਹੜਾ ਅਜਿਹਾ ਕਿੱਸਾ ਹੈ ਜਿਸ ਦੇ ਵਿੱਚ ਜਬਰਾਇਲ ਫਰਿਸ਼ਤੇ ਦਾ ਜ਼ਿਕਰ ਮਿਲਦਾ ਸਾਨੂੰ, ਤਾਂ ਉਹ ਕਿੱਸਾ ਹੈ ਜੀ ਹਾਫਿਜ਼ ਬਰਖੁਰਦਾਰ ਦਾ। ਠੀਕ ਹੈ, ਇਹ ਚੀਜ਼ ਤੁਸੀਂ ਯਾਦ ਰੱਖਣੀ ਆ। ਬਟ ਇਹਦੇ ਨਾਲ ਰਿਲੇਟ ਨਹੀਂ ਕਰਦੀ, ਸੱਸੀ ਪੁੰਨੂ ਨਾਲ ਨਹੀਂ ਰਿਲੇਟ ਕਰਦੀ, ਇਹ ਯੂਸਫ ਵਾਲੇ ਕਿੱਸੇ ਨਾਲ ਰਿਲੇਟ ਕਰਦੀ ਆ। ਠੀਕ ਹੈ, ਸੱਸੀ ਪੁੰਨੂ ਨਾਲ ਸਿਰਫ ਇੱਥੇ ਤੱਕ ਸੀ, ਕਲੀਅਰ। ਇਸ ਤੋਂ ਬਾਅਦ ਜਿਹੜੀ ਜੁਲੇਖਾ ਉਹ ਕੌਣ ਸੀ? ਉਹ ਬਾਦਸ਼ਾਹ ਤੈਮੂਸ ਦੀ ਧੀ ਸੀ, ਕਲੀਅਰ। ਅਤੇ ਮਿਸਰ ਦੇ ਬਾਦਸ਼ਾਹ ਦੇ ਨਾਲ ਉਹ ਵਿਆਹੀ ਹੋਈ ਸੀ, ਇਹ ਚੀਜ਼ ਤੁਸੀਂ ਨੋਟ ਕਰ ਲੈਣੀ ਆ। ਉਸਦੇ ਪਿਤਾ ਦਾ ਨਾਮ ਸੀਗਾ ਜੀ ਤੈਮੂਸ। ਹਾਂਜੀ, ਜੁਲੇਖਾ ਦੇ ਪਿਤਾ ਦਾ ਨਾਮ ਤੈਮੂਸ, ਯੂਸਫ ਦੇ ਪਿਤਾ ਦਾ ਨਾਮ ਕੀ ਸੀ? ਯੈਸ, ਯਾਕੂਬ। ਅਤੇ ਇਹ ਵਿਆਹੀ ਹੋਈ ਸੀ ਜੀ ਮਿਸਰ ਦੇ ਬਾਦਸ਼ਾਹ ਨੂੰ, ਅਤੇ ਇਹਦੇ ਲਈ 7 ਛੱਤਾਂ ਮਹੱਲ ਬਣਵਾਇਆ ਗਿਆ ਸੀ। ਇਹ ਕੁਐਸਚਨ ਵੀ ਇੰਪੋਰਟੈਂਟ ਹੈ, ਕਿੰਨੀਆਂ ਛੱਤਾਂ ਵਾਲਾ ਜਿਹੜਾ ਮਹੱਲ ਬਣਾਇਆ ਸੀ? ਕਿਉਂਕਿ ਉਦਾਸ ਰਹਿੰਦੀ ਸੀ, ਇਸ ਕਰਕੇ ਇਹਦੀ ਦਾਈ ਨੇ ਇਹਦੀ ਜਿਹੜੀ ਨਾਰਾਜ਼ਗੀ ਆ ਜਾਂ ਇਹਦਾ ਦੁੱਖ ਹੈ ਉਹਨੂੰ ਦੂਰ ਕਰਨ ਦੇ ਲਈ ਇਹ ਮਹਿਲ ਬਣਵਾਇਆ ਸੀ, ਕਲੀਅਰ। ਤਾਂ ਉਸ ਮਹਿਲ ਦੀਆਂ ਕੰਧਾਂ ਉੱਤੇ ਕੀ ਲਿਖਿਆ ਮਿਲਦਾ? ਯੂਸਫ ਜੁਲੇਖਾ। ਓਕੇ ਜੀ, ਅਗਲਾ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ, ਪਿਆਰਾ ਸਿੰਘ ਪਦਮ।
ਇਹਨਾਂ ਨੇ ਆਲੋਚਨਾ ਪੱਤਰਿਕਾ ਦੇ ਵਿੱਚ ਹਾਫਿਜ਼ ਦਾ 12ਵਾਂ, ਅਸੀਂ ਆਲਰੇਡੀ ਕਰ ਚੁੱਕੇ ਹਾਂ, ਇੱਕ 12ਵਾਂ ਮਿਲਦਾ ਸਾਨੂੰ, ਤਾਂ ਹਾਫਿਜ਼ ਦਾ 12ਵਾਂ ਇਹਨਾਂ ਨੇ ਪ੍ਰਕਾਸ਼ਿਤ ਕਰਵਾਇਆ। ਕਦੋਂ ਕਰਵਾਇਆ? ਹਾਂਜੀ, 1957 ਦੇ ਵਿੱਚ। ਕਿਹੜੀ ਪੱਤਰਿਕਾ ਵਿੱਚ? ਆਲੋਚਨਾ ਵਿੱਚ, ਪਿਆਰਾ ਸਿੰਘ ਪਦਮ ਨੇ। ਠੀਕ ਹੈ, ਓਕੇ, ਦੈਟਸ ਆਲ ਫੋਰ ਟੂਡੇ। ਇੱਥੇ ਹੀ ਆਪਾਂ ਖਤਮ ਕਰਦੇ ਹਾਂ ਆਪਣਾ ਅੱਜ ਦਾ ਟੋਪਿਕ। ਆਸ ਹੈ ਕਿ ਤੁਹਾਨੂੰ ਇਹ ਟੋਪਿਕ ਪਸੰਦ ਆਇਆ ਹੋਵੇਗਾ, ਅਤੇ ਜੇਕਰ ਪਸੰਦ ਆਇਆ ਤਾਂ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਅਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਕਰਦੇ ਰਹੋ ਪੰਜਾਬੀ ਦੀ ਤਿਆਰੀ, ਅਤੇ ਦੇਖਦੇ ਰਹੋ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ। ਹੱਸੇ ਰਹੋ, ਵੱਸੇ ਰਹੋ। ਥੈਂਕ ਯੂ ਸੋ ਮੱਚ।